ਪ੍ਰੋ ਪੰਜਾਬ ਵਿਦੇ ਤੁਹਾਡਾ ਸਵਾਗਤ ਹੈ। ਮੈਂ ਅਮਦੀਪਜੋਤ ਸਿੰਘ। ਦੁਬਈ ਦੇ ਵਿੱਚ ਇੱਕ ਪਾਸੇ ਫਲੱਡ ਆਏ ਹੋਏ ਨੇ ਤਾਂ ਉਸ ਤੋਂ ਬਾਅਦ ਹੁਣ ਏਅਰ ਇੰਡੀਆ ਦੇ ਵੱਲੋਂ ਸਖ਼ਤ ਫੈਸਲਾ ਲਿਆ ਗਿਆ। ਜੋ ਭਾਰਤੀ ਦੁਬਈ ਜਾਣਾ ਚਾਹੁੰਦਾ ਤਾਂ ਦੱਸਦੇ ਲਈ ਕਿ ਉਸਨੂੰ ਇੱਕ ਵੱਡਾ ਝਟਕਾ ਜਿਹੜਾ ਲੱਗਿਆ ਇਸ ਵਕਤ, ਕਿਉਂਕਿ ਏਅਰ ਇੰਡੀਆ ਦੇ ਵੱਲੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ। ਜੀ ਹਾਂ, ਦੱਸ ਦਈਏ ਕਿ ਏਅਰ ਇੰਡੀਆ ਦੇ ਵੱਲੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਦੁਬਈ ਦੇ ਵਿੱਚ ਜਿਸ ਪ੍ਰਕਾਰ ਮਾਹੌਲ ਠੀਕ ਨਹੀਂ ਹੈ, ਹੜ੍ਹ ਆਏ ਹੋਏ ਨੇ, ਭਾਰੀ ਮੀਂਹ ਦੇ ਨਾਲ ਜਲ ਥਲ ਹੋਇਆ ਪਿਆ, ਪੂਰਾ ਦੁਬਈ ਡੁੱਬਣ ਕਿਨਾਰੇ ਆ। ਦੇਖ ਸਕਦੇ ਹੋ ਵੱਡੀਆਂ ਬਿਲਡਿੰਗਾਂ ਦੇ ਵਿੱਚ ਕਿਸ ਪ੍ਰਕਾਰ ਜਿਹੜਾ ਪਾਣੀ ਭਰ ਚੁੱਕਿਆ, ਔਰ ਏਅਰਪੋਰਟ ਤੱਕ ਜਿਹੜੇ ਡੁੱਬਦੇ ਹੋਏ ਨਜ਼ਰ ਆਏ ਆ ਦੁਬਈ ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਬੜਾ ਚਰਚਾ ਦਾ ਵਿਸ਼ਾ ਬਣੀ ਸੀ, ਜਿਸ ਦੇ ਵਿੱਚ ਇੱਕ ਏਅਰਪੋਰਟ ਦੇ ਉੱਪਰ ਜਹਾਜ਼ ਜਦੋਂ ਦੁਬਈ ਦਾ ਖੜ੍ਹਾ ਹੁੰਦਾ ਤਾਂ ਉਹ ਪੂਰਾ ਦਾ ਪੂਰਾ ਦੇਖ ਸਕਦੇ ਹੋ ਤੁਸੀਂ ਥੱਲੇ ਡੁੱਬਿਆ ਪਿਆ ਹੁੰਦਾ, ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਦੁਬਈ ਦੇ ਵਿੱਚ ਆ ਚੁੱਕਿਆ। ਫਲੱਡ ਜਿਹੜੇ ਨੇ ਆਏ ਹੋਏ ਨੇ ਤਾਂ ਦੱਸ ਦਈਏ ਕਿ ਲਗਾਤਾਰ ਕਿਹਾ ਜਾ ਰਿਹਾ ਕਿ ਫਲੱਡ ਜਿਹੜੇ ਆਏ ਹੋਏ ਨੇ ਤਾਂ ਕਿਤੇ ਨਾ ਕਿਤੇ ਨਿਕਾਸੀ ਦਾ ਪ੍ਰਬੰਧ ਸਹੀ ਨਹੀਂ, ਤਾਂ ਅਜਿਹੀਆਂ ਜਿਹੜੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ। ਤਾਂ ਦੱਸ ਦਈਏ ਕਿ ਹੁਣ ਦੁਬਈ ਜਾਣ ਵਾਲੇ ਚਾਹਵਾਨਾਂ ਦੇ ਲਈ ਇੱਕ ਵੱਡੀ ਔਰ ਅਹਿਮ ਖ਼ਬਰ ਹੈ। ਦੱਸ ਦਈਏ ਕਿ ਏਅਰ ਇੰਡੀਆ ਦੇ ਵੱਲੋਂ ਫਲਾਈਟਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ। ਏਅਰ ਇੰਡੀਆ ਦੇ ਵੱਲੋਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ, ਕਿਉਂਕਿ ਦੁਬਈ ਜਿਹੜਾ ਜਾਣ ਦੇ ਲਈ ਫਲਾਈਟਾਂ ਹੁਣ ਜਿਹੜਾ ਹਾਲਾਤ ਦੇ ਵਿੱਚ ਨਹੀਂ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਫਲੱਡ ਆਏ ਹੋਏ ਨੇ, ਹੜ੍ਹ ਆਏ ਹੋਏ ਨੇ, ਤਾਂ ਉੱਥੇ ਬਹੁਤ ਜ਼ਿਆਦਾ ਬੁਰਾ ਹਾਲਾ। ਅਤੇ ਏਅਰ ਇੰਡੀਆ ਦੇ ਵੱਲੋਂ 21 ਅਪ੍ਰੈਲ ਤੱਕ ਜਿਹੜੀਆਂ ਫਲਾਈਟਾਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਸਾਰੇ ਸ਼ਹਿਰ ਦੁਬਈ ਦੇ ਜਿਹੜੇ ਆ ਜਲਥਲ ਹੋਏ ਪਏ ਆ, ਕਿਉਂਕਿ ਭਾਰੀ ਮੀਂਹ ਪਿਆ, 4-5 ਦਿਨ ਤੋਂ ਮੀਂਹ ਉੱਥੇ ਲਗਾਤਾਰ ਪੈਂਦਾ ਰਿਹਾ। ਅਤੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ਪ੍ਰਕਾਰ ਏਅਰਪੋਰਟ ਦੇ ਉੱਪਰ ਪਾਣੀ ਖੜ੍ਹਾ ਸੀ, ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਮੇਨ ਹਾਈਵੇਜ਼ ਜਿਹੜੇ ਨੇ ਸਾਰੇ ਦੁਬਈ ਦੇ ਜਲਥਲ ਹੋਏ ਪਏ ਸੀ, ਗੱਡੀਆਂ ਕਾਰਾਂ ਜਿਹੜੀਆਂ ਨੇ ਤੈਰਦੀਆਂ ਨਜ਼ਰ ਆ ਰਹੀਆਂ ਸੀ। ਤਾਂ ਦੱਸ ਦਈਏ ਕਿ ਹੁਣ ਜਿਹੜਾ ਹੈਗਾ 21 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਏਅਰ ਇੰਡੀਆ ਦੀਆਂ ਫਲਾਈਟਾਂ। ਤਾਂ ਦੱਸ ਦਈਏ ਕਿ ਏਅਰ ਇੰਡੀਆ ਦੀਆਂ ਫਲਾਈਟਾਂ ਜਿਹੜੀਆਂ ਨੇ 21 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ, ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਕਿਹਾ ਜਾ ਰਿਹਾ ਕਿ 8 ਲੱਖ ਦੇ ਕਰੀਬ ਜਿਹੜੇ ਹੈ ਪੈਸੇਂਜਰ, ਜਿਹੜੇ ਯਾਤਰੀ ਨੇ, 8 ਲੱਖ ਦੇ ਕਰੀਬ ਉਹ ਪ੍ਰਭਾਵਿਤ ਹੋਣਗੇ, ਕਿਉਂਕਿ ਦੁਬਈ ਬਹੁਤ ਜ਼ਿਆਦਾ ਜਾਂਦੇ ਆ ਭਾਰਤ ਦੀ ਜੇ ਗੱਲ ਕਰੀਏ ਤਾਂ, ਕਈ ਬਿਜ਼ਨਸ ਦੇ ਤੌਰ 'ਤੇ ਜਾਂਦੇ ਆ ਜਾਂ ਕਈ ਘੁੰਮਣ ਫਿਰਨ ਦੇ ਤੌਰ 'ਤੇ ਜਾਂਦੇ ਆ ਜਾਂ ਫਿਰ ਕਈ ਜਿਹੜੇ ਉੱਧਰ ਰਹਿ ਵੀ ਰਹੇ ਹੁੰਦੇ ਆ, ਕੰਮਕਾਰ ਵੀ ਕਰਦੇ ਆ, ਰੋਜ਼ੀ ਰੋਟੀ ਦੇ ਲਈ ਵੀ ਉੱਧਰ ਜਾਂਦੇ ਆ। ਤਾਂ ਦੱਸ ਦਈਏ ਕਿ ਹੁਣ ਦੁਬਈ ਜਾਣ ਵਾਲਿਆਂ ਦੇ ਲਈ ਇੱਕ ਵੱਡਾ ਝਟਕਾ ਔਰ ਇੱਕ ਬੁਰੀ ਖਬਰ ਕਹਿ ਸਕਦੇ ਹਾਂ। 21 ਅਪ੍ਰੈਲ ਤੱਕ ਜਿਹੜਾ ਫਿਲਹਾਲ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ, 21 ਅਪ੍ਰੈਲ ਤੋਂ ਬਾਅਦ ਨਵਾਂ ਡਿਸੀਜਨ ਲਿਆ ਜਾਵੇਗਾ ਏਅਰ ਇੰਡੀਆ ਦੇ ਵੱਲੋਂ। ਤਾਂ ਉਸ ਸਮੇਂ ਦੇਖਣਾ ਹੋਵੇਗਾ ਕਿ ਕਿਸ ਪ੍ਰਕਾਰ ਦਾ ਮਾਹੌਲ ਹੈ, ਅਤੇ ਹੁਣ ਦੁਬਈ ਦੀਆਂ ਫਲਾਈਟਾਂ ਖੋਲ੍ਹ ਦਿੱਤੀਆਂ ਜਾਣ ਜਾਂ ਨਹੀਂ, ਕਿਉਂਕਿ ਹੁਣ ਦੁਬਈ ਦੇ ਵਿੱਚ ਜਿਸ ਪ੍ਰਕਾਰ ਦਾ ਮਾਹੌਲ ਹੈ ਤਾਂ ਉਸਨੂੰ ਲੈ ਕੇ ਜਿਹੜਾ ਦੁਬਈ ਤੋਂ ਜਿਹੜੀਆਂ ਫਲਾਈਟਾਂ ਇੰਡੀਆ ਤੋਂ ਦੁਬਈ ਜਾਂਦੀਆਂ ਸੀ ਤਾਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਨੇ ਰੱਦ ਕੀਤਾ, ਏਅਰ ਇੰਡੀਆ ਦੀਆਂ ਫਲਾਈਟਾਂ ਹੁਣ 21 ਅਪ੍ਰੈਲ ਤੱਕ ਨਹੀਂ ਜਾ ਸਕਣਗੀਆਂ। 21 ਅਪ੍ਰੈਲ ਤੱਕ ਰੱਦ ਕੀਤੀਆਂ ਗਈਆਂ ਨੇ, ਤਾਂ 21 ਅਪ੍ਰੈਲ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਹੋਊਗਾ ਉਹ ਫਿਰ ਜਿਹੜੇ ਹਾਲਾਤ ਮੌਕੇ ਦੇ ਕੀ ਰਹਿੰਦੇ ਨੇ ਉਹਨਾਂ ਨੂੰ ਦੇਖ ਕੇ ਹੀ ਜਿਹੜਾ ਇਹ ਲਿਆ ਜਾਊਗਾ।